वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। सब तो पहला अपने चैनल नूं सबसक्राइब कर लो ते जेकर वीडियो वधिया लगेगी तो इस नूं लाइक अते शेयर जरूर कर देना। अजकल बहुते मनुखां दी समस्या है, कहिंदे ने कि साडे घर दे विच कलेश रहिंदा है, सानूं गल गल उत्ते गुस्सा आउंदा है। तो देखो जी, ये गुस्सा ये कलेश साडे खुद दी वजह नाल हुंदा है, साडियां गलत नीतियां कारण, गलत आदतां कारण हुंदा है। जेकर आपां कुछ अपनियां रोजाना दीआं आदतां दे विच सुधार करिए तां साडे जीवन दे विच बदलाव हो सकदा है। जिस तरह की खाना खांदे वक्त भोजन छकदिआं होइआं असीं कई गलतियां करदे हां, जिस तरह बीबियां नंगे सिर ही भोजन बनाउंदियां ने, ਅਤੇ ਉਸੇ ਤਰ੍ਹਾਂ ਕਈ ਮੇਰੇ ਵੀਰ ਭੈਣਾਂ ਨੰਗੇ ਸਿਰ ਹੀ ਭੋਜਨ ਛਕਦੇ ਨੇ। ਸਾਡੇ ਗੁਰੂਆਂ ਦੀ ਬਾਣੀ, ਸਾਡੇ ਸੰਤ ਮਹਾਂਪੁਰਖ ਅਤੇ ਸਾਡੇ ਬਜ਼ੁਰਗਾਂ ਦੇ ਤਜਰਬੇ ਸਾਨੂੰ ਸਮਝਾਉਂਦੇ ਆ ਕਿ ਜਿਹੋ ਜਿਹਾ ਅੰਨ ਉਹੋ ਜਿਹਾ ਮਨ, ਭਾਵ ਕਿ ਜਿਸ ਤਰ੍ਹਾਂ ਦਾ ਆਪਾਂ ਜੋ ਛਕਦੇ ਹਾਂ, ਜੋ ਸਰੀਰ ਦੇ ਅੰਦਰ ਭੇਜਦੇ ਹਾਂ, ਉਹੀ ਖੁਰਾਕ ਸਾਡੇ ਸਰੀਰ ਨੂੰ ਲੱਗਦੀ ਹੈ, ਸਾਡੇ ਤਨ ਨੂੰ ਸਾਡੇ ਮਨ ਦੇ ਉੱਤੇ ਅਸਰ ਕਰਦੀ ਹੈ। ਜਿਸ ਤਰ੍ਹਾਂ ਜੇਕਰ ਆਪਾਂ ਬਹੁਤਾ ਤਲਿਆ ਹੋਇਆ ਤੇਜ਼ ਮਸਾਲੇਦਾਰ ਭੋਜਨ ਛਕਾਂਗੇ ਤਾਂ ਉਹ ਸਾਨੂੰ ਬਿਮਾਰੀਆਂ ਦੇ ਕੇ ਜਾਵੇਗਾ, ਤੇ ਜੇਕਰ ਸਾਦਾ ਭੋਜਨ ਛਕਾਂਗੇ ਤਾਂ ਉਹ ਸਾਨੂੰ ਤੰਦਰੁਸਤੀ ਦੇਵੇਗਾ। ਤੇ ਅਸੀਂ ਕੀ ਕਰਦੇ ਹਾਂ, ਇੱਕ ਤਾਂ ਤਲਿਆ ਤੇਜ਼ ਮਸਾਲੇਦਾਰ ਭੋਜਨ ਖਾਂਦੇ ਹਾਂ ਅਤੇ ਉੱਪਰੋਂ ਸਾਡਾ ਖਾਣ ਦਾ ਤਰੀਕਾ ਗਲਤ, ਜਾਂ ਤਾਂ ਟੀਵੀ ਦੇ ਅੱਗੇ ਬੈਠ ਕੇ ਖਾਂਦੇ ਹਾਂ, ਜਾਂ ਫਿਰ ਮੋਬਾਈਲ ਦੇ ਉੱਪਰ ਕੁਝ ਨਾ ਕੁਝ ਲਗਾ ਲੈਂਦੇ ਹਾਂ, ਜਾਂ ਫਿਰ ਗੱਲਾਂ ਕਰਦੇ ਹੋਏ ਭੋਜਨ ਛਕਦੇ ਹਾਂ। ਤੇ ਜਿਸ ਤਰ੍ਹਾਂ ਅਸੀਂ ਛਕਦੇ ਹਾਂ, ਜੋ ਦੇਖਦੇ ਹਾਂ, ਜੋ ਸੁਣਦੇ ਹਾਂ, ਉਹੀ ਭੋਜਨ ਦੇ ਨਾਲ ਉਹੀ ਚੀਜ਼ਾਂ ਆਪਣੇ ਅੰਦਰ ਭੇਜਦੇ ਹਾਂ, ਇਸੇ ਕਰਕੇ ਸਾਡਾ ਮਨ ਅਸ਼ਾਂਤ ਰਹਿੰਦਾ ਹੈ। ਪਰ ਮਹਾਂਪੁਰਖ ਜੀ ਕਹਿੰਦੇ ਭੋਜਨ ਹਮੇਸ਼ਾ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਛਕੋ, ਜਿਸ ਤਰ੍ਹਾਂ ਰਸਨਾ ਨਾਲ ਨਹੀਂ ਮਨ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਰੋ, ਹਮੇਸ਼ਾ ਸਿਰ ਢੱਕ ਕੇ ਭੋਜਨ ਛਕੋ ਅਤੇ ਭੋਜਨ ਛਕਦਿਆਂ ਹੋਇਆਂ ਕਦੇ ਵੀ ਵਿੱਚ ਝੂਠ ਨਾ ਛਕੋ, ਕਦੇ ਵੀ ਗੱਲਾਂ ਨਾ ਕਰੋ, ਕਦੇ ਵੀ ਟੀਵੀ ਮੋਬਾਈਲ ਦੇ ਉੱਪਰ ਕੋਈ ਵੀ ਭੜਕਾਊ ਚੀਜ਼ਾਂ ਨਹੀਂ ਦੇਖਣੀਆਂ, ਕਿਉਂਕਿ ਜੋ ਦੇਖਦੇ ਹਾਂ ਉਹੀ ਅਸਰ ਹੁੰਦਾ ਹੈ। ਤੇ ਅੱਜ ਤੋਂ ਹੀ ਪਹਿਲਾਂ ਆਪਣੀਆਂ ਖੁਦ ਦੀਆਂ ਇਹ ਆਦਤਾਂ ਸੁਧਾਰੋ ਅਤੇ ਫਿਰ ਆਪਣੇ ਬੱਚਿਆਂ ਨੂੰ ਵੀ ਸਿਖਾਓ, ਤਾਂ ਦੇਖਣਾ ਤੁਹਾਡੇ ਘਰ ਦੀਆਂ ਕਿੰਨੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ।